कुछ ना कहने से भी खो जाता है हुनर, चुप रहने में भी जालम की मदद होती है। वेखो सियाणा वो होंदा जिहड़ा जिहदी गल च वी सियाण झलके, जिहड़े वजनां दे विच ही बोल होवे, पहलां तोले ते फिर बोले। इस सब का योगदान है, इस सब का सांझा संघर्ष है, कोई एक जने का नहीं। आपां सारे सांझी लड़ाई लड़ रहे हैं, हक्कां की लड़ाई है, साडी होंद की लड़ाई है, फसलों की लड़ाई नहीं है, नस्लों की लड़ाई है। जे आपां अणखी छड़ दित्ती फिर जमीनां भी किसे काम दीआं नहीं। जे कि मोर्चे जिन्हें भी आपां अंदोलन रीड करदे हां, हिस्टरी पढ़दे हां, जे किसे च सफलता मिली है ना तो सफलता कट नहीं दवाई। पर जिहड़े 100-100 किले वाले घरे बैठे ने, 2-2 किले वाले उत्थे बैठे ने, 100-100 किले वालियां नूं मैं अपील करदा भी तुसीं भी इह मोर्चे दा हिस्सा बणो, काम कार चलदे रहिंदे ने। ਸਿਆਣਪ ਤੁਹਾਡੇ ਬੋਲਾਂ 'ਚ ਹੋਣੀ ਚਾਹੀਦੀ, ਤੁਹਾਡੀ ਸੋਚ 'ਚ ਹੋਣੀ ਚਾਹੀਦੀ। ਅਸੀਂ ਦੀਪ ਦੇ ਨਾਲ ਨਹੀਂ, ਅਸੀਂ ਉਹਦੀ ਸੋਚ ਦੇ ਨਾਲ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਹੈ, ਕਹਿੰਦਾ ਕੁਝ ਨਾ ਕਹਿਣੇ ਸੇ ਵੀ ਖੋ ਜਾਤਾ ਹੈ ਹੁਨਰ, ਕੁਝ ਨਾ ਕਹਿਣੇ ਸੇ ਵੀ ਖੋ ਜਾਤਾ ਹੈ ਹੁਨਰ, ਚੁੱਪ ਰਹਿਣੇ ਵੀ ਜ਼ਾਲਮ ਕੀ ਮਦਦ ਹੋਤੀ ਹੈ। ਸਿਆਣੇ ਕਹਿੰਦੇ ਜੇ ਗੱਲ ਰੱਖਣੀ ਆਉਂਦੀ ਹੋਵੇ ਤਾਂ ਰੱਖ ਦੇਣੀ ਚਾਹੀਦੀ, ਚੁੱਪ ਨਹੀਂ ਕਰਨਾ ਚਾਹੀਦਾ। ਅਤੇ ਜੇ ਜਿੱਥੇ ਬੋਲਣ ਦੀ ਲੋੜ ਹੈ ਉੱਥੇ ਬੋਲਣਾ ਵੀ ਬੜਾ ਜ਼ਰੂਰੀ ਹੈ। ਚੁੱਪ ਰਹਿਣੇ ਮੇਂ ਵੀ ਜ਼ਾਲਮ ਕੀ ਮਦਦ ਹੋਤੀ ਹੈ। ਅੱਜ ਵੇਖੋ ਸਾਡੇ ਜੇ ਬਿੱਲਾਂ ਦੀ ਅਸੀਂ ਗੱਲ ਹੀ ਨਾ ਕਰਦੇ, ਅਸੀਂ ਹਾਂ ਦਾ ਨਾਅਰਾ ਨਾ ਮਾਰਦੇ, ਤਾਂ ਇਹ ਵੀ ਇੱਕ ਜ਼ਾਲਮ ਦੀ ਮਦਦ ਹੋਣੀ ਸੀ। ਅੱਜ ਸਾਡੇ ਬਜ਼ੁਰਗ, ਸਾਡੇ ਵੀਰ, ਅੱਜ ਕਿਸਾਨੀ ਬੜੀ ਦਾਅ 'ਤੇ ਲੱਗੀ ਹੋਈ ਹੈ। ਆਪਾਂ ਨੂੰ ਪਤਾ, ਮੈਂ ਹਰ ਵਾਰ ਜਦੋਂ ਵੀ ਬੇਨਤੀ ਕੀਤੀ, ਮੈਂ ਇਹੋ ਹੀ ਬੇਨਤੀ ਕੀਤੀ ਵੀ ਆਪਾਂ ਇਕੱਠੇ ਹੋ ਕੇ ਚੱਲੀਏ। ਸਾਡੇ ਬਜ਼ੁਰਗ ਜਿਹੜੇ ਨੇ, ਉੱਥੋਂ ਕੋਈ ਨਾ ਕੋਈ ਇਹੋ ਜਿਹਾ ਬਿਆਨ ਆ ਜਾਂਦਾ ਵੀ ਜਿਹੜਾ ਬਿਆਨ, ਵੇਖੋ ਸਿਆਣਾ ਉਹ ਹੁੰਦਾ ਜਿਹੜਾ ਜਿਹਦੀ ਗੱਲ 'ਚ ਵੀ ਸਿਆਣ ਝਲਕੇ, ਜਿਹੜੇ ਵਜਨਾਂ ਦੇ ਵਿੱਚ ਹੀ ਬੋਲ ਹੋਵੇ, ਪਹਿਲਾਂ ਤੋਲੇ ਅਤੇ ਫਿਰ ਬੋਲੇ। ਹੁਣ ਬਾਪੂ ਰੁਲਦਾਸ ਸਿੰਘ ਦੀ ਇਹੋ ਜਿਹਾ ਬਿਆਨ ਦੇ ਦਿੰਦੇ ਨੇ ਵੀ ਅਸੀਂ ਇਹਨਾਂ ਨੂੰ ਦੀਪ ਨੂੰ ਅਤੇ ਲੱਖੀ ਨੂੰ ਇਕੱਠੇ ਨਹੀਂ ਆਉਣ ਦੇਣਾ। ਵੇਖੋ ਸਾਰੇ ਸੰਘਰਸ਼ ਲੜ ਰਹੇ ਨੇ, ਕਿਸਾਨ ਆਗੂ ਵੀ ਸੰਘਰਸ਼ ਲੜ ਰਹੇ ਨੇ, ਉਹ 2-2 ਕਿੱਲੇ ਵਾਲੇ ਜਿਹੜੇ ਉੱਥੇ ਦਿਨ ਰਾਤ ਦਾ ਪਹਿਰਾ ਲਾਈ ਬੈਠੇ ਨੇ, ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਜਿਨ੍ਹਾਂ ਪਰਿਵਾਰਾਂ ਨੇ, ਇਸ ਸਭ ਦਾ ਯੋਗਦਾਨ ਹੈ, ਇਸ ਸਭ ਦਾ ਸਾਂਝਾ ਸੰਘਰਸ਼ ਹੈ, ਕੋਈ ਇੱਕ ਜਣੇ ਦਾ ਨਹੀਂ। ਇੱਕ ਦੂਜੇ ਨੂੰ ਆਪਾਂ ਬਲੇਮ ਨਾ ਲਾਈਏ, ਇੱਕ ਦੂਜੇ ਨੂੰ ਗਦਾਰ ਨਾ ਗਰਦਾਨੀਏ, ਕਿਉਂਕਿ ਆਪਾਂ ਸਾਰੇ ਸਾਂਝੀ ਲੜਾਈ ਲੜ ਰਹੇ ਹਾਂ। ਹੱਕਾਂ ਦੀ ਲੜਾਈ ਹੈ, ਸਾਡੀ ਹੋਂਦ ਦੀ ਲੜਾਈ ਹੈ, ਫਸਲਾਂ ਦੀ ਲੜਾਈ ਨਹੀਂ ਹੈ, ਨਸਲਾਂ ਦੀ ਲੜਾਈ ਹੈ। ਇਹ ਕਿਸਾਨੀ ਦੀ ਲੜਾਈ ਨਹੀਂ, ਜਵਾਨੀ ਦੀ ਲੜਾਈ ਹੈ। ਇਹ ਆਪਾਂ ਫਸਲਾਂ ਵੀ ਬਚਾਉਣੀਆਂ, ਆਪਣੀਆਂ ਨਸਲਾਂ ਵੀ ਬਚਾਉਣੀਆਂ, ਜ਼ਮੀਨਾਂ ਵੀ ਬਚਾਉਣੀਆਂ ਅਤੇ ਜ਼ਮੀਰਾਂ ਵੀ ਬਚਾਉਣੀਆਂ। ਯਾਦ ਰੱਖਿਆ ਜੇ ਅਣਖ ਨੂੰ ਪਹਿਲਾਂ ਰੱਖਣਾ, ਜੇ ਆਪਾਂ ਅਣਖੀ ਛੱਡ ਦਿੱਤੀ ਫਿਰ ਜ਼ਮੀਨਾਂ ਵੀ ਕਿਸੇ ਕੰਮ ਦੀਆਂ ਨਹੀਂ। ਜੇ ਸਾਡੇ ਬਜ਼ੁਰਗਾਂ ਨੂੰ ਪੁੱਛ ਲਓ, ਉਹਨਾਂ ਨੇ ਆਪਣੀ ਅਣਖ ਨਹੀਂ ਛੱਡੀ, ਆਪਣਾ ਧਰਮ ਨਹੀਂ ਛੱਡਿਆ, ਪਾਕਿਸਤਾਨ ਜ਼ਮੀਨਾਂ ਛੱਡਤੀਆਂ, ਉਹਦੇ ਮੁਕਾਬਲੇ ਸਾਨੂੰ ਇੱਥੇ ਜ਼ਮੀਨਾਂ ਉਨੀਆਂ ਮਿਲੀਆਂ ਨਹੀਂ। ਪਰ ਉਹਨਾਂ ਨੇ ਆਪਣੀ ਅਣਖ ਨਹੀਂ ਸੀ ਛੱਡੀ, ਆਪਣਾ ਧਰਮ ਨਹੀਂ ਸੀ ਛੱਡਿਆ। ਧਰਮ ਦਾ ਮਤਲਬ ਹੀ ਸੱਚ ਦਾ ਸਾਥ ਦੇਣਾ, ਸੱਚ ਤੋਂ ਮੁਨਕਰ ਨਹੀਂ ਆਉਣਾ। ਅੱਜ ਵੇਖੋ ਖੂਹ ਦੀ ਆਵਾਜ਼, ਜੇ ਆਪਾਂ ਇੱਕ ਨੂੰ ਮਾੜਾ ਕਹਾਂਗੇ, ਉਹਦੇ ਸਮਰਥਨ ਉਹਨੂੰ ਮਾੜਾ ਕਹਿਣਗੇ। ਅੱਜ ਦੀਪ ਸਿੱਧੂ ਦੀ ਕੱਲ੍ਹ ਵੀਰ ਦੀ ਰਿਹਾਈ ਹੋਣੀ ਸੀ, ਬੜੀ ਖੁਸ਼ੀ ਸੀ ਨੌਜਵਾਨਾਂ ਦੇ ਅੰਦਰ, ਬੜਾ ਜੋਸ਼ ਸੀ, ਪਰ ਉਹਨੂੰ ਇੱਕ ਕੇਸ ਦੇ ਵਿੱਚ ਹੋਰ ਗ੍ਰਿਫਤਾਰ ਕਰ ਲਿਆ ਗਿਆ। ਸਾਡੇ ਆਗੂਆਂ ਵੱਲੋਂ ਇੱਕ ਵੀ ਇਹੋ ਜਿਹੀ ਸਟੇਟਮੈਂਟ, ਇੱਕ ਵੀ ਬਿਆਨ ਨਹੀਂ ਆਇਆ ਉਹਦੇ ਹੱਕ ਦੇ ਵਿੱਚ। ਵੇਖੋ ਉਹ ਵੀ ਸੰਘਰਸ਼ ਲੜ ਰਿਹਾ। ਮੈਂ ਤਾਂ ਸਾਰਿਆਂ ਨੂੰ ਕਹਾਂਗਾ, ਬਜ਼ੁਰਗ ਵੀ ਸਾਡੇ ਨਾਲ ਨੇ, ਨੌਜਵਾਨ ਵੀ ਸਾਡੇ ਨਾਲ ਨੇ, ਇਹ ਏਕੇ ਦਾ ਸਬੂਤ ਦਿਆ ਕਰੋ, ਕੋਈ ਇਹੋ ਜਿਹਾ ਬਿਆਨ ਨਾ ਦਿਆ ਕਰੋ ਵੀ ਜਿਹਦੇ ਨਾਲ ਸਾਡੇ ਆਪਸ ਦੇ ਵਿੱਚ ਫੁੱਟ ਪਵੇ। ਕਿਉਂਕਿ ਮੋਰਚੇ ਜਿੰਨੇ ਵੀ ਆਪਾਂ ਅੰਦੋਲਨ ਰੀਡ ਕਰਦੇ ਹਾਂ, ਹਿਸਟਰੀ ਪੜ੍ਹਦੇ ਹਾਂ, ਜੇ ਕਿਸੇ 'ਚ ਸਫਲਤਾ ਮਿਲੀ ਹੈ ਨਾ ਤਾਂ ਸਫਲਤਾ ਇਕੱਠ ਨਹੀਂ ਦਵਾਈਏ। ਮਜੋਰਟੀ ਦੇ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ। ਇਹੋ ਜਿਹੇ ਬਿਆਨ ਦੇ ਕੇ ਆਪਾਂ ਲੋਕਾਂ 'ਚ ਇਹ ਸ਼ੋਅ ਕਰਦੇ ਹਾਂ ਵੀ ਅਸੀਂ ਇਕੱਠੇ ਨਹੀਂ। ਇਹ ਮੈਸੇਜ ਦੁਨੀਆ ਦੇ ਵਿੱਚ ਬੜਾ ਗਲਤ ਜਾਂਦਾ। ਮੈਂ ਇਹੋ ਬੇਨਤੀ ਕਰਾਂਗਾ ਸਾਡੇ ਆਗੂਆਂ ਨੂੰ, ਉਹਨਾਂ ਨੂੰ ਸਿਜਦਾ ਜਿਹੜੇ ਦਿਨ ਰਾਤ ਦਾ ਪਹਿਰਾ ਲਾ ਕੇ ਉੱਥੇ ਬੈਠੇ, 2-2 ਕਿੱਲੇ ਵਾਲੇ ਜਿਹੜੇ ਉੱਥੇ ਬੈਠੇ ਨੇ, ਮੈਨੂੰ ਉਹਨਾਂ ਨੂੰ ਵੀ ਮੈਂ ਸਿਜਦਾ ਕਰਦਾ। ਪਰ ਜਿਹੜੇ 100-100 ਕਿੱਲੇ ਵਾਲੇ ਘਰੇ ਬੈਠੇ ਨੇ, 2-2 ਕਿੱਲੇ ਵਾਲੇ ਉੱਥੇ ਬੈਠੇ ਨੇ, 100-100 ਕਿੱਲੇ ਵਾਲਿਆਂ ਨੂੰ ਮੈਂ ਅਪੀਲ ਕਰਦਾ ਵੀ ਤੁਸੀਂ ਵੀ ਇਹ ਮੋਰਚੇ ਦਾ ਹਿੱਸਾ ਬਣੋ, ਕੰਮ ਕਾਰ ਚੱਲਦੇ ਰਹਿੰਦੇ ਨੇ। ਆਪਣੇ ਕੰਮਾਂ ਕਾਰਾਂ ਨੂੰ ਥੋੜ੍ਹਾ ਮੋਟਾ ਤਿਆਗ ਕੇ ਵਿੱਚੋਂ ਵਾਰੀ ਨਾਲ ਪਰਿਵਾਰ ਦੇ ਕੁਝ ਜੀ
उस मोर्चे का भी हिस्सा बनो, रल मिल के चलीए, किसी नूं माड़ा ना कहीए। वो भी साडा वीर सी दीप सिद्धू, लखा सधाणा भी साडा वीर है, जितने भी बजुर्ग आगू साडी अगवाई कर रहे ने वह भी साडे अपने ने। पर मैं उही कहांगा भी सियाणा वह हुंदा भी जिहड़ा सारे परिवार नूं नाल लैके चलदा है, जिहदे बोलां दे विच सियाणप झलके, ते जे बोलां चों सियाणप खत्म हो जाए ते केवल नाम दा सियाणा वह सियाणा नहीं हुंदा। सियाणप तुहाडे बोलां च होनी चाहीदी, तुहाडी सोच होनी चाहीदी। असीं दीप दे नाल नहीं, असीं उहदी सोच दे नाल आ। असीं अज आगूआं ते नाल हो सकदा साडे विचारक मतभेद होण, पर अज जिहड़ियां उहनां दीआं मंगां सी उहनां दीआं मंगां दे नाल आ, लखे सधाणे दी मंग दे नाल आ। तो मैं बेनती करांगा भी जिथे लखे नूं तुसीं हेकना लाया ना, अपना कलावा एडा खुला कर लो भी हरेक नूं इहदे च समालो। जिहड़ा भी तुहाडे नाल तुहाडे हक की गल करदा, किसी भी पार्टी नाल संबंध रखता होवे, किसी भी मजहब नाल संबंध रखता होवे, उहनूं कलावे दे विच लो। हिरदे नूं थोड़ा जिहा विशाल करो, सौड़ा ना करो, दायरे नूं वधाओ। वधे दायरियां दे विच जित यकीनन हुंदी है, ते जित उदों ही होएगी जदों आपां सारे इकट्ठे हो जाएंगे। ते जिथे लोड़ है बोलन दी उत्थे बोलिया करो, गल रखन दी है उत्थे गल रख्या करो। चुप रहने में भी जालम की मदद होती है, चुप रहना भी एक जालम की मदद होंदी है। ते जिथे लोड़ है बोलन दी उत्थे हा दा नारा मारना बड़ा जरूरी है। सो मैं इहो बेनती करांगा भी आपां सारे रल के इकट्ठे हो के ये मोर्चे की सफलता वल वधीए। दाता कृपा करे आपां मोर्चे दे विचों जित प्राप्त करिए। जित उदों होनी है जदों आपां सारे इकट्ठे होए। वाहिगुरू जी का खालसा, वाहिगुरू जी की फतेह।